ਲੋਕਾਂ ਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼। ਪਿੰਡ ਦਰਖਾਣ ਮਾਜਰਾ ਵਿਖੇ ਅੱਜ ਤੋਂ 16 ਦਿਨ ਪਹਿਲਾਂ ਇੱਕ ਔਰਤ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਸੁਸਾਈਡ ਕੀਤਾ ਗਿਆ ਸੀ, ਜਿਸਦਾ ਕਿ ਵੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਅਤੇ 16 ਦਿਨ ਤੋਂ ਉਹਨਾਂ ਨੇ ਕੋਈ ਉਹਦਾ ਆਪਣੀ ਮਾਤਾ ਦਾ ਦਾਹ ਸੰਸਕਾਰ ਵੀ ਨਹੀਂ ਕੀਤਾ। ਅੱਜ ਵੀ SDM ਦਫ਼ਤਰ ਦੇ ਬਾਹਰ ਧਰਨਾ ਲਾਈ ਬੈਠੇ ਹਨ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਪਹਿਲੇ ਦਿਨ ਤੋਂ ਹੀ ਪ੍ਰੈਸ਼ਰ 'ਤੇ ਬਣਾਇਆ ਜਾ ਰਿਹਾ ਸੀਗਾ ਕਿ ਵੀ ਸਮਝੌਤਾ ਕਰ ਲਓ, ਅਤੇ ਕਾਰਨ ਕੀ ਹੈ ਅਤੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਤਾਂ ਆਪਣੇ ਫੈਸਲੇ 'ਤੇ ਅਟਲ ਨੇ ਕਿ ਵੀ ਦੋਸ਼ੀਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਹੁਣ ਦੇਖਦੇ ਹਾਂ ਕਿ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ। ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਧਵਾ ਦੀ ਰਿਪੋਰਟ। ਕੀ ਮਾਮਲਾ ਹੈ ਜਿਹੜਾ ਤੁਸੀਂ ਅੱਜ ਇਹ ਧਰਨਾ ਲਾਇਆ ਉਰੇ? ਇਹ ਤਰਖਾਣ ਮਾਜਰੇ ਦਾ ਜੀ ਮੇਰੀ ਮਾਤਾ ਸੀ, ਠੀਕ ਆ, ਨਸ਼ੀਲੀ ਦਵਾਈ ਪੀ ਕੇ ਉਹਨੇ ਸੁਸਾਈਡ ਕੀਤਾ ਸੀ। ਹਾਲੇ ਤੱਕ ਜਿਹੜਾ ਮੇਨ ਦੋਸ਼ੀ ਆ ਗੁਰਵਿੰਦਰ ਸਿੰਘ ਸਨ ਆਫ ਮਦਨ ਸਿੰਘ, ਉਹ ਗ੍ਰਿਫਤਾਰ ਨਹੀਂ ਹੋ ਰਿਹਾ। ਅੱਜ 16ਵਾਂ ਦਿਨ ਆ ਗਿਆ ਜੀ, ਡੈੱਡ ਬੋਡੀ ਘਰ ਹੀ ਪਈ ਹੈ। ਪ੍ਰਸ਼ਾਸਨ ਕੀ ਕਹਿੰਦਾ? ਪ੍ਰਸ਼ਾਸਨ ਤਾਂ ਕਹਿੰਦਾ ਅਸੀਂ ਲੱਗੇ ਹੋਏ ਜੀ, ਅਤੇ ਐਡਾ ਉਹ ਕਿਹੜਾ ਇੰਟਰਨੈਸ਼ਨਲ ਡਾਊਨ ਤਾਂ ਹੈ ਨਹੀਂ ਵੀ ਉਹ ਇੱਥੋਂ ਭੱਜ ਗਿਆ ਜਾਂ ਉਹ ਕਿੱਧਰ। ਤੁਹਾਡੀ ਮੰਗ ਕੀ ਹੈ? ਮੰਗ ਇਹੀ ਹੈ ਵੀ ਜਿੰਨਾ ਚਿਰ ਉਹ ਫੜ ਨਹੀਂ ਹੁੰਦਾ ਉਨਾ ਚਿਰ ਮੈਂ ਸੰਸਕਾਰ ਨਹੀਂ ਕਰਦਾ। ਜੇ ਮੇਰੇ 'ਤੇ ਜ਼ਿਆਦਾ ਪ੍ਰੈਸ਼ਰ ਪਿਆ ਅਤੇ ਮੇਰੇ 2 ਬੱਚੇ ਅਤੇ ਮੇਰੀ ਘਰ ਵਾਲੇ ਅਤੇ ਮੈਂ ਆਪ ਵੀ ਸੁਸਾਈਡ ਕਰਾਂਗਾ, ਠੀਕ ਹੈ ਨਾ ਜੀ। ਅਤੇ ਕੱਲ੍ਹ ਮੇਰੇ 'ਤੇ ਪ੍ਰੈਸ਼ਰ ਬਹੁਤ ਜ਼ਿਆਦਾ ਪਿਆ ਅਤੇ ਮੈਂ ਹਸਪੀਟਲ ਵੀ ਰਹਿ ਕੇ ਆਇਆ ਸਰਕਾਰੀ 'ਚ, ਮੇਰੇ ਕੋਲ ਪ੍ਰੂਫ ਵੀ ਹੈ, ਠੀਕ ਹੈ। BP ਮੇਰਾ ਹਾਈ, ਕਦੇ ਲੋਅ ਹੋ ਰਿਹਾ, ਹੁਣ ਵੀ ਕਦੇ ਅੱਪ ਹੋ ਰਿਹਾ, ਦਵਾਈ ਮੇਰੀ ਜੇਬ 'ਚ ਹੈ। ਜੇ ਕੱਲ੍ਹ ਨੂੰ ਮੈਨੂੰ ਕੁਛ ਹੋ ਗਿਆ ਮੈਂ ਸ਼ਰੇਆਮ ਨਾਮ ਦੇ ਕੇ ਜਾਵਾਂਗਾ ਵੀ ਮੈਨੂੰ ਮਜਬੂਰ ਨਾ ਕਰਨ। ਜੇ ਤਾਂ ਦੋਸ਼ੀ ਫੜ ਹੁੰਦਾ ਤਾਂ ਠੀਕ ਹੈ, ਨਹੀਂ ਮੈਂ ਆਪ ਵੀ ਆਤਮ ਹੱਤਿਆ ਕਰ ਰਿਹਾ। ਮੇਰਾ ਘਰ ਤਾਂ ਮੁੱਦਾ ਵੱਜ ਗਿਆ, 1.5 ਸਾਲ ਪਹਿਲਾਂ ਮੇਰਾ ਫਾਦਰ ਅਟੈਕ ਹੋ ਕੇ ਗਿਆ ਅਤੇ ਹੁਣ ਮੇਰੀ ਮਾਂ ਇਹਨਾਂ ਨੇ ਮਾਰਤੀ ਹੈ। ਗੁਆਂਢੀ ਬੈਠੇ ਨੇ ਉਹਨਾਂ ਤਾਂ ਸਮੈਲ ਨਹੀਂ ਆਉਂਦੀ ਹੈਗੀ। DSP ਸਾਹਿਬ ਆਏ ਨੇ, ਸੁਖਦੇਵ ਸਿੰਘ, ਮੈਂ ਕਿਹਾ ਸਰ ਤੁਹਾਨੂੰ ਸਮੈਲ ਆਈ, ਕਹਿੰਦੇ ਜੇ ਸਮੈਲ ਆਉਂਦੀ ਹੁੰਦੀ ਮੈਂ ਉਹਦੇ ਪੁੱਤਾਂ ਆਉਂਦਾ ਤੇਰੇ ਕੋਲ। ਪ੍ਰਸ਼ਾਸਨ ਜਾ ਰਿਹਾ, ਉਹਨਾਂ ਤਾਂ ਸਮੈਲ ਨਹੀਂ ਆਉਂਦੀ ਪਿੰਡ ਦੇ ਚੱਲਦਾ ਨਹੀਂ। ਕੌਣ ਕਹਿੰਦੇ ਨੇ ਕਿ ਵੀ ਸਮੈਲ? ਸਾਡੇ ਪਿੰਡ ਦੇ ਲਫੰਗੇ ਜੇ ਹੈਗੇ ਨੇ, ਪਾਰਟੀਆਂ ਬਾਜ਼ੀਆਂ ਬਣਾ ਰੱਖੀਆਂ ਨੇ ਜੀ, ਠੀਕ ਹੈ, ਵੀ ਸਮੈਲ ਆਉਂਦੀ ਹੈ 100 ਫੁੱਟ 'ਤੇ ਉਹਨਾਂ ਨੂੰ ਸਮੈਲ ਆ ਗਈ, ਠੀਕ ਹੈ। ਜਿਹੜੇ ਨਾਲ ਸਾਡੇ ਘਰ ਨੇ ਗਵਾਂਢੀ ਉਹਨਾਂ ਨੂੰ ਸਮੈਲ ਨਹੀਂ ਆਉਂਦੀ ਹੈਗੀ, ਕੋਲ ਬੈਠ ਰੋਟੀ ਖਾ ਰਹੇ ਜੀ, ਫਿਰ ਤਾਂ ਉਹ ਸਰੇਆਮ ਉਹਦੀ ਉਹ ਕਰ ਰਹੇ ਨਾ ਮਦਦ। ਕੱਚੀ ਘੜੀ ਵੀ ਰੱਖਦਾ ਕੋਈ ਮਾਰ ਕੇ ਦੇਖੋ ਬੈਠੋ।
ਪਿਛਲੇ ਦਿਨੀ ਇੱਕ ਔਰਤ ਨੇ ਨਾ ਦਰਖਾਣ ਮਾਜਰੇ ਦੀ ਨੇ ਕੋਈ ਸੁਸਾਈਡ ਕੀਤਾ ਸੀਗਾ ਜ਼ਹਿਰੀਲੀ ਦਵਾਈ ਦਵੂਈ ਪੀ ਕੇ। ਸਵੇਰੇ ਅੱਜ ਉਹ ਐਸ ਡੀ ਐਮ ਮੈਡਮ ਕੋਲ ਕੋਈ ਮੰਗ ਪੱਤਰ ਦੇਣ ਆਏ ਸੀਗੇ ਅਤੇ ਉਹਦੇ ਸੰਬੰਧ 'ਚ ਕੀ ਕਾਰਵਾਈ ਹੋਈ ਹੈ ਜਾਂ ਸਰ? ਉਸ ਸੰਬੰਧ ਵਿੱਚ ਸਾਡੇ ਕੋਲ ਇਹਨਾਂ ਨੇ ਲਖਵਿੰਦਰ ਸਿੰਘ ਨਾਂ ਦੇ ਬੰਦੇ ਨੇ ਦੋ ਬੰਦਿਆਂ ਦੇ ਖਿਲਾਫ ਐੱਫ ਆਈ ਆਰ ਲੌਜ ਕਰਾਈ ਸੀਗੀ। 306 ਆਈ ਪੀ ਸੀ ਤਹਿਤ ਅਸੀਂ ਨਾ ਜਿਹੜੀ ਹੈਗੀ ਹੈ, ਬਾਕੀ ਨਵੇਂ ਐਕਟ ਲਾਏ ਨੇਗੇ ਜਿਹੜੇ ਲੱਗੇ ਨੇ 106, ਉਹਦੇ ਤਹਿਤ ਅਸੀਂ ਪਰਚਾ ਦਰਜ ਰਜਿਸਟਰ ਕੀਤਾ ਹੋਇਆ ਮੋਦਨ ਸਿੰਘ ਅਤੇ ਗੁਰਵਿੰਦਰ ਸਿੰਘ ਦੇ ਖਿਲਾਫ਼। ਮੋਦਨ ਸਿੰਘ ਦੀ ਅਸੀਂ ਅਰੈਸਟ ਪਾ ਚੁੱਕੇ ਹਾਂ, ਉਹ ਬਤੌਰ ਹਾਲੇ ਜੇਲ੍ਹ ਦੇ ਵਿੱਚ ਕਸਟੱਡੀ ਦੇ ਵਿੱਚ ਆ, ਅਤੇ ਇਸ ਕਰਕੇ ਜਿਹੜਾ ਹੈਗਾ ਗੁਰਵਿੰਦਰ ਸਿੰਘ ਬਾਰੇ ਅਸੀਂ ਵੀ ਸਾਨੂੰ ਕੋਈ ਇੰਟੀਮੇਸ਼ਨ ਮਿਲਦੀ ਰਹੀ ਆ, ਅਸੀਂ ਉੱਥੇ ਉੱਥੇ ਉਹਦੇ ਰਿਡਾਂ ਕਰ ਰਹੇ ਹਾਂ, ਉਸ ਸੰਬੰਧੀ ਉਹ ਹਾਲੇ ਸਾਡੀ ਗ੍ਰਿਫਤ ਤੋਂ ਬਾਹਰ ਆ। ਬਾਕੀ ਰਹੀ ਗੱਲ ਉਹਦੇ ਜਿਹੜੇ ਕੋਈ ਟਿਕਾਣੇ ਨੇ ਜਾਂ ਜਿੱਥੇ ਕਿਸੇ ਨਾਲ ਉਹ ਟਾਈ ਅਪ ਰਿਹਾ ਸੀ, ਉਹਨਾਂ ਨੂੰ ਅਸੀਂ ਬੁਲਾ ਕੇ ਹਰ ਬੰਦੇ ਨੂੰ ਠੀਕ ਹੈ ਅਸੀਂ ਬੁਲਾ ਕੇ ਉਸ ਬਾਰੇ ਅਸੀਂ ਕੋਸ਼ਿਸ਼ ਕਰਾਂਗੇ। ਸਰ, ਜਿਸ ਦੀ ਮਾਤਾ ਪੂਰੀ ਹੋਈ ਸੀਗੀ ਉਹ ਕੋਈ ਨਾਮ ਲੈ ਰਿਹਾ ਸੀਗਾ ਕੋਈ ਗੁਰਵਿੰਦਰ ਸਿੰਘ, ਉਹਦੇ ਅਗੇਂਸਟ ਕੀ ਕਾਰਵਾਈ ਹੋਈ ਹੈ ਸਰ? ਉਹੀ ਇੱਕੋ ਰਹਿੰਦਾ, ਉਹੀ ਕੇਸ ਆ ਉਹਦਾ, ਬਾਪ ਉਹਦਾ ਜੇਲ੍ਹ ਦੇ ਵਿੱਚ ਅਸੀਂ ਫੜ ਚੁੱਕੇ ਹਾਂ, ਜਿਹੜਾ ਗੁਰਵਿੰਦਰ ਸਿੰਘ ਉਹ ਭੱਜਿਆ, ਉਸ ਸੰਬੰਧੀ ਅਸੀਂ ਐੱਲ ਓ ਸੀ ਵੀ ਜਾਰੀ ਕਰ ਚੁੱਕੇ ਹਾਂ ਉਹਦੇ ਵਿੱਚ, ਠੀਕ ਹੈ। ਬਾਕੀ ਰਹੀ ਜੋ ਵੀ ਸਾਨੂੰ ਫਰਦਰ ਉਹਦੀਆਂ ਇਨਕੁਆਇਰੀਆਂ ਜੋ ਵੀ ਉਹਦਾ ਸਰਵੇਲੈਂਸ 'ਤੇ ਮੋਬਾਈਲ ਲੱਗਿਆ ਹੋਇਆ, ਅਸੀਂ ਪੂਰਾ ਇਸ ਸੰਬੰਧੀ ਜਿਹੜਾ ਹੈਗੀ ਸਾਡੀ ਟੈਕਨੀਕਲ ਟੀਮ ਨਾਲ ਲੈ ਕੇ ਅਸੀਂ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਸਾਡੀ ਕੋਸ਼ਿਸ਼ ਜਾਰੀ ਹੈ।